सब्सक्राइब करो NC7 न्यूज नू ते लेटेस्ट अपडेट पाउन ले प्रेस करो बेल आइकन। ਵੱਡੀ ਖਬਰ ਜਲੰਧਰ ਤੋਂ ਦੀਵਾਲੀ ਮੌਕੇ ਜਲੰਧਰ ਦੀ ਆਟੋ ਸਪੇਅਰ ਚ ਅਚਾਨਕ ਅੱਗ ਲੱਗ ਗਈ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ 'ਚ ਸਾਫ ਵੇਖਿਆ ਜਾ ਸਕਦਾ ਹੈ ਕਿ ਕਿੰਨੀ ਭਿਆਨਕ ਅੱਗ ਲੱਗੀ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਦੱਸਦੇ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਸਮਾਨ ਦਾ ਕਾਫੀ ਨੁਕਸਾਨ ਹੋਇਆ ਹੈ ਸਰ ਸਾਨੂੰ ਫੋਨ ਆਇਆ ਕਿ ਹਨੂਮਾਨ ਮੰਦਿਰ ਦੇ ਨਾਲ ਫੋਰਥ ਰੋਡ ਦੇ ਮਾਰਕੀਟ ਨੂੰ ਅੱਗ ਲੱਗੀ ਹੈ ਅਸੀਂ ਜਾਣ ਕੇ ਤੁਰੰਤ ਪੌੜੀ ਲਾ ਕੇ ਪੌੜੀਆਂ ਬੰਦ ਸੀਗੀਆਂ ਇਹਨਾਂ ਦੀਆਂ ਆਪਣੀ ਪੌੜੀ ਖੋਲ੍ਹ ਕੇ ਪੌੜੀ ਲਾ ਕੇ ਕੋਠੇ ਤੀਸਰੀ ਮੰਜ਼ਿਲ 'ਤੇ ਚੜ੍ਹੇ ਹਾਂ ਅਤੇ ਅੱਗ 'ਤੇ ਕਾਬੂ ਪਾ ਲਿਆ ਅੱਗ ਬੁੱਝ ਗਈ ਅੱਗ ਕਾਫੀ ਸੀਗੀ ਲਪਟਾਂ ਨਜ਼ਰ ਆ ਰਹੀ ਹੈ ਸਾਰੀ ਨਹੀਂ ਨੁਕਸਾਨ ਜਾਨੀ ਦਾ ਨਹੀਂ ਹੋਇਆ ਮਾਲੀ ਨੁਕਸਾਨ ਹੋਇਆ ਇਹ ਹੁਣ ਤਾਂ ਅਸਤਵਾਦੀਆਂ ਚੱਲਦੀਆਂ ਉਹਨਾਂ ਨੇ ਅੱਗ ਲੱਗੀ ਦਸ ਪੰਦਰਾਂ ਮਿੰਟ ਲੱਗੇ ਭਜਾਉਣ ਲਈ ਸਾਨੂੰ ਹਾਂ ਮੁਸੀਜਰ ਆਇਆ ਸੀਗਾ ਮੁੰਡਾ ਫਟਾਫਟ ਗੱਡੀ ਲੈ ਗਿਆ ਨਾਲ ਹੀ ਗੱਡੀ ਕੱਢ ਲਈ ਅਸੀਂ ਗੱਡੀ ਲੈ ਕੇ ਇੱਥੇ ਆ ਗਏ ਇੱਥੇ ਪੌੜੀਆਂ ਨਹੀਂ ਸੀਗੀਆਂ ਸ਼ਟਰ ਲੱਗੇ ਹੋਏ ਸੀਗੇ ਅਤੇ ਉੱਥੇ ਪੌੜੀ ਲਾ ਕੇ ਅਤੇ ਤੀਸਰੀ ਮੰਜ਼ਿਲ 'ਤੇ ਪੌੜੀ ਲਾਈ ਲਾ ਕੇ ਪੈਪ ਲਾ ਕੇ ਅੱਗ ਬੁਝਾ ਦਿੱਤੀ ਸੀ ਨਹੀਂ ਨੁਕਸਾਨ ਨਹੀਂ ਹੋਇਆ ਪਲਾਈਆਂ ਪੁਲੀਆਂ ਸੀ ਦਿਨੇਸ਼ ਕੁਮਾਰ ਜੀ ਨਿਊ ਲਕਸ਼ਮੀ ਆਟੋ ਸਪੇਅਰ ਜੀ ਪਟਾਕਾ ਪਟੂਕਾ ਕਿਤੇ ਆ ਵੱਜਿਆ ਜੀ ਉੱਪਰੋਂ ਉੱਪਰ ਪੈਕਿੰਗ ਮਟੀਰੀਅਲ ਪਿਆ ਸੀ ਉਹਦੇ ਨਾਲ ਅੱਗ ਲੱਗ ਗਈ ਨਹੀਂ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਉਹ ਟਾਈਮ ਨਾਲ ਫਾਇਰ ਬ੍ਰਿਗੇਡ ਵਗੈਰਾ ਆ ਗਈ ਸੀ ਅਤੇ ਉਹਨਾਂ ਨੇ ਆ ਕੇ ਕਾਬੂ ਪਾ ਲਿਆ ਨਹੀਂ ਸਮਾਨ ਨਹੀਂ ਬਚਾਅ ਹੋ ਗਿਆ ਸਮਾਨ ਦਾ ਹਾਂਜੀ ਹਾਂਜੀ ਸੇਫ ਹੈ ਜੀ ਜਲੰਧਰ ਤੋਂ ਬਿਊਰੋ ਰਿਪੋਰਟ NC7 ਨਿਊਜ਼